ਇੱਕ ਇੱਕ ਬਜ਼ੁਰਗ ਬਜ਼ੁਰਗ ਬੜੇ ਬੜੇ ਪਿਆਰ ਪਿਆਰ ਦੇ ਦੇ ਵਿੱਚ ਵਿੱਚ ਭਿੱਜ ਭਿੱਜ ਕੇ ਕੇ ਬਾਣੀ ਬਾਣੀ ਪੜ੍ਹ ਪੜ੍ਹ ਰਿਹਾ ਰਿਹਾ ਸੀ। ਸੀ। ਬਾਣੀ ਬਾਣੀ ਪੜ੍ਹਦਿਆਂ ਨੂੰ ਨੂੰ ਵੇਖ ਵੇਖ ਕੇ ਕੇ ਮਨ ਮਨ ਅੰਦਰ ਅੰਦਰ ਇੱਕ ਸਵਾਲ ਸਵਾਲ ਪੈਦਾ ਪੈਦਾ ਹੋਇਆ, ਹੋਇਆ, ਮਨਾ ਮਨਾ ਪੁੱਛੀਏ ਪੁੱਛੀਏ ਤੇ ਤੇ ਸਹੀ ਸਹੀ ਕਿ ਕਿ ਇਤਨੇ ਇਤਨੇ ਪ੍ਰੇਮ ਪ੍ਰੇਮ ਦੇ ਦੇ ਵਿੱਚ ਵਿੱਚ ਭਿੱਜ ਭਿੱਜ ਕੇ ਕੇ ਬਾਣੀ ਬਾਣੀ ਪੜ੍ਹ ਪੜ੍ਹ ਰਹੇ ਰਹੇ ਨੇ ਨੇ ਜਦੋਂ ਜਦੋਂ ਬਾਣੀ ਬਾਣੀ ਸੰਪੂਰਨ ਸੰਪੂਰਨ ਕੀਤੀ ਕੀਤੀ ਤੇ ਤੇ ਮੈਂ ਮੈਂ ਉਹਨਾਂ ਉਹਨਾਂ ਨੂੰ ਨੂੰ ਪੁੱਛਣ ਪੁੱਛਣ ਦੇ ਦੇ ਲਈ ਲਈ ਅੱਗੇ ਅੱਗੇ ਹੋਇਆ ਹੋਇਆ ਕਿ ਕਿ ਬਾਪੂ ਬਾਪੂ ਜੀ ਜੀ ਬੜੇ ਬੜੇ ਪ੍ਰੇਮ ਪ੍ਰੇਮ ਦੇ ਦੇ ਵਿੱਚ ਵਿੱਚ ਭਿੱਜ ਭਿੱਜ ਕੇ ਕੇ ਬਾਣੀ ਬਾਣੀ ਪੜ੍ਹਦੇ ਪੜ੍ਹਦੇ ਪਏ ਪਏ ਹੋ ਹੋ ਤੁਹਾਡੇ ਤੁਹਾਡੇ ਬਾਣੀ ਬਾਣੀ ਪੜ੍ਹਨ ਪੜ੍ਹਨ ਤੋਂ ਤੋਂ ਇਦਾਂ ਇਦਾਂ ਮਹਿਸੂਸ ਮਹਿਸੂਸ ਹੁੰਦਾ ਹੁੰਦਾ ਹੈ ਹੈ ਕਿ ਕਿ ਜਿਵੇਂ ਜਿਵੇਂ ਗੁਰੂ ਗੁਰੂ ਨਾਨਕ ਨਾਨਕ ਦੇ ਦੇ ਘਰ ਘਰ ਉੱਤੇ ਉੱਤੇ ਤੁਹਾਡਾ ਤੁਹਾਡਾ ਬੜਾ ਬੜਾ ਹੀ ਹੀ ਭਰੋਸਾ ਭਰੋਸਾ ਹੋਵੇ ਹੋਵੇ ਤੇ ਤੇ ਉਹਨਾਂ ਉਹਨਾਂ ਨੇ ਨੇ ਜਵਾਬ ਜਵਾਬ ਦਿੱਤਾ, ਦਿੱਤਾ, ਹਾਂ ਹਾਂ ਪੁੱਤਰ, ਪੁੱਤਰ, ਮੇਰਾ ਮੇਰਾ ਗੁਰੂ ਗੁਰੂ ਨਾਨਕ ਨਾਨਕ ਦੇ ਦੇ ਪਾਤਸ਼ਾਹ ਪਾਤਸ਼ਾਹ ਜੀ ਜੀ ਉੱਤੇ ਉੱਤੇ ਬੜਾ ਬੜਾ ਹੀ ਹੀ ਭਰੋਸਾ ਭਰੋਸਾ ਹੈ, ਹੈ, ਬੜਾ ਬੜਾ ਹੀ ਹੀ ਭਰੋਸਾ ਭਰੋਸਾ ਹੈ ਹੈ ਤੇ ਤੇ ਮੈਂ ਮੈਂ ਪੁੱਛਿਆ ਪੁੱਛਿਆ ਕਿ ਕਿ ਬਾਪੂ ਬਾਪੂ ਜੀ ਜੀ ਇਹ ਇਹ ਲਗਨ ਲਗਨ ਕਿੱਥੋਂ ਲੱਗੀ, ਕਿਵੇਂ ਲੱਗੀ? ਆਖਣ ਲੱਗੇ ਕਿ ਮੈਂ ਕੰਮ ਕਾਜ ਦੇ ਮਕਸਦ ਦੇ ਅੰਦਰ ਕਿਸੇ ਸੱਜਣ ਮਿੱਤਰ ਨੂੰ ਮਿਲਣ ਦੇ ਲਈ ਕਿਤੇ ਗਿਆ ਸੀ ਤੇ ਮੈਂ ਆਪਣਾ ਠਹਿਰਾਵ ਇੱਕ ਹੋਟਲ ਦੇ ਵਿੱਚ ਕੀਤਾ। ਮੈਂ ਮੈਂ ਸੱਜਣ ਦੀ ਸੱਜਣ ਦੀ ਉਡੀਕ ਉਡੀਕ ਕਰ ਕਰ ਰਿਹਾ ਰਿਹਾ ਸੀ। ਸੀ ਉਡੀਕਦਾ ਉਡੀਕਦਾ ਮੈਂ ਬਾਹਰ ਆਇਆ ਕਿ ਅਜੇ ਤੱਕ ਉਹ ਮਿੱਤਰ ਮਿੱਤਰ ਆਇਆ ਆਇਆ ਕਿਉਂ ਕਿਉਂ ਨਹੀਂ ਨਹੀਂ ਤੇ ਤੇ ਮੇਰੀ ਮੇਰੀ ਇੱਕ ਇੱਕ ਨਿਗਾਹ ਨਿਗਾਹ ਜਿਹੜੀ ਜਿਹੜੀ ਹੈ ਹੈ ਇੱਕ ਇੱਕ ਬਜ਼ੁਰਗ ਬਜ਼ੁਰਗ ਦੇ ਦੇ ਉੱਤੇ ਉੱਤੇ ਪਈ, ਪਈ, ਉਹ ਉਹ ਬਜ਼ੁਰਗ ਬਜ਼ੁਰਗ ਜਿਹਦੇ ਜਿਹਦੇ ਤਨ ਤਨ ਦੇ ਦੇ ਉੱਤੇ ਉੱਤੇ ਪਤਲੇ ਪਤਲੇ ਜੇ ਜੇ ਕੱਪੜੇ ਕੱਪੜੇ ਪਾਏ ਪਾਏ ਹੋਏ ਹੋਏ ਸਨ ਸਨ ਤੇ ਮੈਂ ਤੇ ਉਹਨਾਂ ਮੈਂ ਨੂੰ ਉਹਨਾਂ ਨੂੰ ਪੁੱਛਿਆ, ਪੁੱਛਿਆ, ਬਾਪੂ ਬਾਪੂ ਜੀ ਜੀ ਕੀ ਕੀ ਗੱਲ, ਗੱਲ, ਤੁਹਾਨੂੰ ਤੁਹਾਨੂੰ ਠੰਡ ਠੰਡ ਨਹੀਂ ਨਹੀਂ ਲੱਗਦੀ? ਲੱਗਦੀ? ਮੋਟੇ ਮੋਟੇ ਕੱਪੜੇ ਕੱਪੜੇ ਪਾ ਪਾ ਕੇ ਕੇ ਆਉਣੇ ਆਉਣੇ ਸਨ ਸਨ ਤੇ ਤੇ ਉਹਨਾਂ ਉਹਨਾਂ ਨੇ ਨੇ ਅੱਗੇ ਅੱਗੇ ਜਵਾਬ ਜਵਾਬ ਦਿੱਤਾ, ਦਿੱਤਾ, ਪੁੱਤਰ ਪੁੱਤਰ ਜੇਕਰ ਜੇਕਰ ਮੇਰੇ ਮੇਰੇ ਕੋਲ ਕੋਲ ਮੋਟੇ ਮੋਟੇ ਕੱਪੜੇ ਕੱਪੜੇ ਹੁੰਦੇ ਹੁੰਦੇ ਤੇ ਤੇ ਮੈਂ ਮੈਂ ਪਾ ਪਾ ਕੇ ਕੇ ਨਾ ਨਾ ਆਉਂਦਾ। ਆਉਂਦਾ। ਜਦੋਂ ਜਦੋਂ ਉਹਨਾਂ ਉਹਨਾਂ ਨੇ ਨੇ ਇਹ ਇਹ ਜਵਾਬ ਜਵਾਬ ਦਿੱਤਾ, ਦਿੱਤਾ, ਮੇਰਾ ਦਿਲ ਮੇਰਾ ਦਿਲ ਸੁੰਨ ਹੋ ਸੁੰਨ ਹੋ ਗਿਆ। ਗਿਆ। ਮੇਰੇ ਮਨ ਮੇਰੇ ਮਨ ਅੰਦਰ ਅੰਦਰ ਦਇਆ ਦਇਆ ਆਈ ਆਈ ਤੇ ਤੇ ਵਿਚਾਰ ਵਿਚਾਰ ਆਏ ਆਏ ਕਿ ਕਿ ਇਸ ਇਸ ਬਜ਼ੁਰਗ ਬਜ਼ੁਰਗ ਦੀ ਦੀ ਕੁਝ ਕੁਝ ਨਾ ਨਾ ਕੁਝ ਕੁਝ ਪੈਸੇ ਪੈਸੇ ਦੇ ਦੇ ਪੱਖੋਂ ਪੱਖੋਂ ਸੇਵਾ ਸੇਵਾ ਕਰਕੇ ਕਰਕੇ ਜਾਵਾਂ ਜਾਵਾਂ ਤੇ ਤੇ ਮੈਂ ਮੈਂ ਜਾਣਨ ਜਾਣਨ ਦੇ ਦੇ ਲਈ ਲਈ ਕਿ ਕਿ ਘਰ ਘਰ ਅੰਦਰ ਅੰਦਰ ਕੌਣ 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 ਕੈਦ ਕੈਦ ਤੇ ਤੇ ਮੈਂ ਮੈਂ ਉਹਨਾਂ ਉਹਨਾਂ ਨੂੰ ਨੂੰ ਪੁੱਛਿਆ, ਪੁੱਛਿਆ, ਮੈਂ ਮੈਂ ਕਿਹਾ ਕਿਹਾ ਬਜ਼ੁਰਗੋ ਬਜ਼ੁਰਗੋ ਦੱਸਣਾ ਦੱਸਣਾ ਕਰੋ ਕਰੋ ਕਿ ਕਿ ਤੁਹਾਡੇ ਤੁਹਾਡੇ ਘਰ ਘਰ ਅੰਦਰ ਅੰਦਰ ਕੀ ਕੀ ਬੱਚੇ ਬੱਚੇ ਨਹੀਂ? ਨਹੀਂ? ਆਖਣ ਆਖਣ ਲੱਗੇ ਲੱਗੇ ਕਿ ਕਿ ਰੱਬ ਰੱਬ ਨੇ ਨੇ ਬਾਬੇ ਬਾਬੇ ਨਾਨਕ ਨਾਨਕ ਨੇ ਨੇ ਸੁੱਖ ਸੁੱਖ ਦੇ ਦੇ ਨਾਲ ਨਾਲ ਤਿੰਨ ਤਿੰਨ ਧੀਆਂ ਧੀਆਂ ਦਿੱਤੀਆਂ ਦਿੱਤੀਆਂ ਨੇ ਨੇ ਬੜਾ ਬੜਾ ਪਿਆਰ ਪਿਆਰ ਹੈ ਹੈ ਧੀਆਂ ਧੀਆਂ ਦੇ ਦੇ ਨਾਲ ਨਾਲ ਘਰਵਾਲੀ ਕਹਿ ਘਰਵਾਲੀ ਤਿੰਨ ਕਹਿ ਧੀਆਂ ਤਿੰਨ ਨੇ ਧੀਆਂ ਨੇ ਤੇ ਤੇ ਬੜਾ ਬੜਾ ਸੌਖਾ ਸੌਖਾ ਜੀਵਨ ਜੀਵਨ ਬਤੀਤ ਬਤੀਤ ਹੋ ਹੋ ਰਿਹਾ। ਰਿਹਾ ਜਦੋਂ ਜਦੋਂ ਬਾਪੂ ਬਾਪੂ ਨੇ ਨੇ ਇਹ ਇਹ ਗੱਲ ਗੱਲ ਆਖੀ ਆਖੀ ਤੇ ਤੇ ਮੇਰਾ ਮੇਰਾ ਮਨ ਮਨ ਜਿਹੜਾ ਜਿਹੜਾ ਹੈ ਹੈ ਉਹ ਉਹ ਇੱਕਦਮ ਇੱਕਦਮ ਹੀ ਹੀ ਹੈਰਾਨ ਹੈਰਾਨ ਰਹਿ ਰਹਿ ਗਿਆ ਗਿਆ ਕਿ ਕਿ ਬਾਪੂ ਬਾਪੂ ਦੇ ਦੇ ਤਨ ਤਨ ਦੇ ਦੇ ਉੱਤੇ ਉੱਤੇ ਬਾਰੀਕ ਬਾਰੀਕ ਪਤਲੇ ਪਤਲੇ ਜੇ ਜੇ ਕੱਪੜੇ ਕੱਪੜੇ ਪਾਏ ਪਾਏ ਨੇ ਨੇ ਟੁੱਟੀ ਟੁੱਟੀ ਜੀ ਜੀ ਸਾਈਕਲ ਸਾਈਕਲ ਦੇ ਦੇ ਉੱਤੇ ਉੱਤੇ ਆਇਆ ਆਇਆ ਤੇ ਤੇ ਅਜੇ ਅਜੇ ਵੀ ਵੀ ਕਹਿੰਦਾ ਕਹਿੰਦਾ ਜੀ ਜੀ ਗੁਰੂ ਗੁਰੂ ਨਾਨਕ ਨਾਨਕ ਦੀ ਦੀ ਕਿਰਪਾ ਕਿਰਪਾ ਗੁਰੂ ਗੁਰੂ ਨਾਨਕ ਨਾਨਕ ਦੀ ਦੀ ਰਹਿਮਤ ਰਹਿਮਤ ਜਦੋਂ ਉਹਨਾਂ ਨੇ ਇਹ ਗੱਲ ਆਖੀ ਇਤਨੇ ਨੂੰ ਮੇਰਾ ਮਿੱਤਰ ਆਇਆ। ਮੈਂ ਮੈਂ ਅੰਦਰ ਅੰਦਰ ਗਿਆ, ਬਹਿ ਗਿਆ ਕੇ ਬਹਿ ਕੇ ਵਿਚਾਰਾਂ ਵਿਚਾਰਾਂ ਕੀਤੀਆਂ, ਕੀਤੀਆਂ ਜਿਸ ਜਿਸ ਕੰਮ ਕੰਮ ਦੇ ਦੇ ਬਾਬਤ ਬਾਬਤ ਆਇਆ ਆਇਆ ਸਾਂ ਸਾਂ ਉਹ ਕੰਮ ਕੰਮ ਪੂਰਾ ਪੂਰਾ ਕਰਕੇ ਕਰਕੇ ਮਨ ਮਨ ਅੰਦਰ ਅੰਦਰ ਵਿਚਾਰ ਵਿਚਾਰ ਆਈ ਆਈ ਕਿ ਕਿ ਉਸ ਉਸ ਬਜ਼ੁਰਗ ਬਜ਼ੁਰਗ ਦੀ ਦੀ ਪੈਸੇ ਪੈਸੇ ਦੇ ਦੇ ਪੱਖ ਪੱਖ ਦੇ ਦੇ ਵਿੱਚੋਂ ਵਿੱਚੋਂ ਜ਼ਰੂਰ ਜ਼ਰੂਰ ਸੇਵਾ ਸੇਵਾ ਕਰਕੇ ਕਰਕੇ ਜਾਵਾਂਗਾ। ਜਾਵਾਂਗਾ। ਜਦੋਂ ਜਦੋਂ ਮੈਂ ਮੈਂ ਬਾਹਰ ਬਾਹਰ ਨਿਕਲਿਆ ਨਿਕਲਿਆ ਤੇ ਤੇ ਕੀ ਕੀ ਵੇਖਿਆ? ਵੇਖਿਆ? ਉਸ ਉਸ ਬਜ਼ੁਰਗ ਬਜ਼ੁਰਗ ਨੇ ਨੇ ਘਰ ਘਰ ਦੇ ਦੇ ਉੱਤੇ ਉੱਤੇ ਇੱਕ ਇੱਕ ਛੋਟੀ ਛੋਟੀ ਜਿਹੀ ਜਿਹੀ ਚਾਦਰ ਚਾਦਰ ਵਿਛਾਈ ਵਿਛਾਈ ਸੀ, ਸੀ, ਚਾਦਰ ਚਾਦਰ ਦੇ ਦੇ ਉੱਤੇ ਉੱਤੇ ਬੈਠ ਬੈਠ ਕੇ ਕੇ ਉਹਨੇ ਉਹਨੇ ਬਾਣੀ ਬਾਣੀ ਸੋਧਰ ਸੋਧਰ ਦੀ ਦੀ ਪੜ੍ਹੀ ਪੜ੍ਹੀ ਹੈ ਹੈ ਤੇ ਤੇ ਬਾਣੀ ਬਾਣੀ ਪੜ੍ਹਨ ਪੜ੍ਹਨ ਤੋਂ ਤੋਂ ਬਾਅਦ ਬਾਅਦ ਉਹ ਉਹ ਖੜਾ ਖੜਾ ਹੋ ਹੋ ਗਿਆ। ਗਿਆ। ਮੈਂ ਮੈਂ ਉਸ ਉਸ ਬਜ਼ੁਰਗ ਬਜ਼ੁਰਗ ਦੇ ਦੇ ਕੋਲ ਕੋਲ ਜਾ ਜਾ ਕੇ ਕੇ ਆਖਿਆ ਆਖਿਆ ਕਿ ਕਿ ਬਾਪੂ ਬਾਪੂ ਜੀ ਜੀ ਮੈਂ ਮੈਂ ਜੇ ਜੇ ਤੁਹਾਨੂੰ ਤੁਹਾਨੂੰ ਕੁਝ ਕੁਝ ਦੇਵਾਂ ਦੇਵਾਂ ਤੇ ਤੇ ਤੁਸੀਂ ਤੁਸੀਂ ਇਨਕਾਰ ਇਨਕ
ਤੇ ਨਹੀਂ ਕਰੋਗੇ? ਬਾਪੂ ਜੀ ਪੁੱਛਣ ਲੱਗੇ, ਪੁੱਤਰ ਕੀ ਦੇਣਾ ਹੈ? ਆਖਣ ਲੱਗੇ ਕਿ ਜੀ ਮੇਰੇ ਵੱਲੋਂ ਇਹ 50 ਦਾ ਨੋਟ ਹੈ। ਉਸ ਵਕਤ 50 ਦੀ ਬਹੁਤ ਵੱਡੀ ਕੀਮਤ ਹੁੰਦੀ ਸੀ। ਅਤੇ ਮੈਂ ਆਖਿਆ ਕਿ ਬਾਪੂ ਜੀ ਤੁਸੀਂ ਆਪਣੇ ਤਨ ਦੇ ਉੱਤੇ ਪਾਉਣ ਦੇ ਲਈ ਕੋਈ ਮੋਟਾ ਸੂਟ ਸਵਾ ਲਿਓ। ਅਤੇ ਬਾਪੂ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਆਖਣ ਲੱਗੇ ਪੁੱਤਰ ਇਹ 50 ਦਾ ਨੋਟ ਉਹਨੂੰ ਦੇਈਂ ਜਿਹੜਾ ਅਨਾਥ ਹੋਵੇ, ਜਿਹੜਾ ਗਰੀਬ ਹੋਵੇ। ਮੇਰਾ ਪਿਓ ਗੁਰੂ ਨਾਨਕ ਹੈ, ਮੇਰੇ ਸਿਰ ਦੇ ਉੱਤੇ ਬਾਬੇ ਨਾਨਕ ਦਾ ਹੱਥ ਹੈ ਅਤੇ ਮੈਨੂੰ ਬਾਬੇ ਨਾਨਕ ਦੇ ਉੱਤੇ ਬੜਾ ਭਰੋਸਾ ਹੈ, ਬੜਾ ਯਕੀਨ ਹੈ। ਮੈਂ ਹੈਰਾਨ ਰਹਿ ਗਿਆ ਕਿ ਇੱਕ ਬੰਦਾ ਗਰੀਬੀ ਦੀ ਹਾਲਤ ਦੇ ਅੰਦਰ ਵੀ ਪਰਮਾਤਮਾ ਦੇ ਉੱਤੇ ਇਤਨਾ ਭਰੋਸਾ ਰੱਖਦਾ ਹੈ। ਅਤੇ ਮਾਲਕ ਨੇ ਤਾਂ ਮੈਨੂੰ ਦਿੱਤਾ ਹੀ ਬਹੁਤ ਕੁਝ ਹੈ, ਬੜਾ ਕੁਝ ਦਿੱਤਾ ਹੈ। ਬਸ ਉਸ ਦਿਨ ਤੋਂ ਮੈਂ ਇਹ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੈਂ ਗੁਰੂ ਦਾ ਦਰ ਨਹੀਂ ਛੱਡਣਾ। ਗੁਰੂ ਦੀਆਂ ਜੋ ਰਹਿਮਤਾਂ ਨੇ ਉਹਦਾ ਪਲ ਪਲ ਸ਼ੁਕਰ ਮਨਾਉਣਾ ਕਿ ਪਲ ਪਲ ਉਹਦੇ ਅੱਗੇ ਝੁਕਣਾ ਕਿ ਬਸ ਐਸੀ ਲਗਨ ਲੱਗੀ, ਐਸੀ ਲਗਨ ਲੱਗੀ ਕਿ ਅੱਜ ਜ਼ਿੰਦਗੀ ਦੇ 70 ਵਰੇ ਬਤੀਤ ਹੋ ਚੁੱਕੇ ਨੇ। ਮੇਰੇ ਮਾਲਕ ਜੀ ਨੇ ਹੱਸਦਿਆਂ ਖੇਡਦਿਆਂ ਹੋਇਆਂ ਬਤੀਤ ਕਰਾ ਲਏ ਨੇ।